ਸ਼ਿਕਾਂਜਲੀ ਦੀ ਇੱਕ ਮਹਿਲਾ ਰਾਣੀ ਕੌਰ ਕੁਝ ਮਹੀਨਿਆਂ ਤੋਂ ਓਮਾਨ ਦੇਸ਼ ਵਿੱਚ ਫਸੀ ਹੋਈ ਹੈ ਜਿੱਥੇ ਨਾ ਉਸਦਾ ਸਿਰਫ ਪਾਸਪੋਰਟ ਲੈ ਲਿਆ ਗਿਆ ਬਲਕਿ ਉਸਦੇ ਉੱਤੇ ਅਤਿਆਚਾਰ ਦੇ ਨਾਲ ਗੁਲਾਮੀ ਵੀ ਕਰਵਾਈ ਜਾ ਰਹੀ ਹੈ ਆਪਣੀ ਮਾਂ ਨੂੰ ਬਚਾਉਣ ਦੀ ਗੁਹਾਰ ਲੈ ਕੇ ਰਾਣੀ ਦੀ ਬੇਟੀ ਆਪਣੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਸੰਗਰੂਰ 'ਚ ਮਿਲੀ ਜਿਸ ਤੋਂ ਬਾਅਦ ਭਗਵੰਤ ਮਾਨ ਨੇ ਪਰਿਵਾਰ ਨੂੰ ਆਸ਼ਵਾਸਨ ਦਿੱਤਾ ਕਿ ਉਹ ਰਾਣੀ ਕੌਰ ਨੂੰ ਸਕੁਸ਼ਲ ਵਤਨ ਵਾਪਸੀ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਉਹ ਫੋਨ ਤੇ ਬਹੁਤ ਜ਼ਿਆਦਾ ਰੋਂਦੇ ਆ ਕਹਿੰਦੇ ਮੇਰੇ ਨਾਲ ਬਹੁਤ ਗਲਤ ਹੋ ਰਿਹਾ ਵੀ ਜੇ ਤੁਸੀਂ ਮੈਨੂੰ ਨਾ ਬੁਲਾਇਆ ਤਾਂ ਮੈਥੋਂ ਸਹਿਨ ਨਹੀਂ ਹੋਣਾ ਵੀ ਮੈਨੂੰ ਮਾਰ ਦੇਣਗੇ ਉਹ ਆਣ ਨਹੀਂ ਦੇ ਰਹੇ ਉਹਨਾਂ ਨੇ ਪਾਸਪੋਰਟ ਵੀ ਜ਼ਬਤ ਕਰ ਲਿਆ ਤੇ ਫੋਟੋ ਕਾਪੀ ਵੀ ਬਹੁਤ ਮੁਸ਼ਕਿਲ ਨਾਲ ਦਿੱਤੀ ਹੈ ਅੱਛਾ ਤੇ ਇਹਦੇ ਵਿੱਚ ਕੌਣ ਕੌਣ ਯਾਨੀ ਕਿ ਤੋ ਹੋਰ ਮੰਮੀ ਕੀ ਕਹੇ ਹੋਰ ਫੋਨ ਤੇ ਕੀ ਕਹੇ ਮਾਤਾ ਨੇ ਮਾਤਾ ਕਹਿੰਦੇ ਬਸ ਵਿੱਚ ਜਿੰਨਾ ਜਲਦੀ ਹੋ ਸਕੇ ਮਾਨ ਸਾਹਿਬ ਦੀ ਹੈਲਪ ਜਾਂ ਕਿਸੇ ਨਾਲ ਵੀ ਹੈਲਪ ਕਰ ਕੰਟੈਕਟ ਕਰਕੇ ਮੈਨੂੰ ਵਾਪਸ ਬੁਲਾ ਲਓ ਕਿਉਂਕਿ ਜਿਹਨੇ ਭੇਜਿਆ ਉਹ ਤਾਂ ਕਹਿੰਦੇ ਅਸੀਂ ਬੁਲਾ ਨਹੀਂ ਸਕਦੇ ਇੱਦਾਂ ਉਹ ਤਾਂ ਸਿਰਫ ਕਹਿੰਦੇ ਅਸੀਂ ਭੇਜ ਸਕਦੇ ਹਾਂ ਇਹਨਾਂ ਨੂੰ ਕਿਹਾ ਸੀਗਾ ਜੀ ਇਹਨਾਂ ਦੀ ਮੰਮੀ ਨੂੰ ਵੀ ਉਹ ਸਿੰਗਾਪੁਰ ਭੇਜਣਾ ਅਤੇ ਉਹਨਾਂ ਨੂੰ ਓਮਾਨ 'ਚ ਭੇਜਤਾ ਅਤੇ ਉਹ ਕਿਸੇ ਦੇ ਘਰੇ ਉੱਥੇ ਕੰਮ ਕਰਦੇ ਨੇ ਅਤੇ ਉਹ ਬਹੁਤ ਜ਼ਿਆਦਾ ਤੰਗ ਕਰਦੇ ਨੇ ਉਹਨਾਂ ਨੂੰ ਉੱਥੇ ਕਈ ਬੰਦੇ ਉਹਨਾਂ ਦੇ ਘਰੇ ਹੋਰ ਵੀ ਸ਼ਾਮ ਨੂੰ ਆ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਸਿਰਫ ਇਹਨਾਂ ਦੇ ਖਾਤੇ 'ਚ ਕੋਈ ਬਰਨਾਲੇ ਤੋਂ ਬੰਦਾ ਜੀ ਉਹ 20,000 ਰੁਪਇਆ ਇਹਨਾਂ ਦੇ ਅਕਾਊਂਟ 'ਚ ਪਾ ਦਿੰਦਾ ਇਹ ਜਿਹੜੀਆਂ ਲੜਕੀਆਂ ਆਈਆਂ ਨੇ ਇਹਨਾਂ ਦਾ ਡੈਡੀ ਸ਼ਰਾਬੀ ਹੈ ਜੀ ਉਹ ਸਿਰਫ ਉਹ ਪੈਸਿਆਂ ਦੇ ਲਾਲਚ ਜੀ ਉਹ ਕਹਿੰਦਾ ਵੀ ਕਿਸੇ ਨੂੰ ਬੁਲਾਉਣਾ ਨਹੀਂ ਹੈਗਾ ਅਤੇ ਇਹਨਾਂ ਦੇ ਘਰ ਇਹਨਾਂ ਨੂੰ ਇਹ ਗੱਲ ਕਹੀ ਗਈ ਵੀ ਜੇ ਤੁਸੀਂ ਕਿਸੇ ਨੂੰ ਜਾਂ ਮਾਨ ਸਾਹਿਬ ਨੂੰ ਜਾਂ ਕਿਸੇ ਨੂੰ ਮਿਲਾਂਗੇ ਤਾਂ ਤੁਹਾਡੀ ਮੰਮੀ ਨੂੰ ਉੱਥੇ ਉਹ ਮਾਰ ਦੇਣਗੇ ਅਤੇ ਦੁੱਖ ਦੀ ਗੱਲ ਇਹ ਹੈ ਕਿ ਅੰਬੈਸੀਆਂ ਜਿਹੜੀਆਂ ਕਿ ਇਸੇ ਕੰਮ ਲਈ ਬਣਾਈਆਂ ਗਈਆਂ ਕਿ ਜੇ ਕਿਸੇ ਭਾਰਤੀ ਨੂੰ ਕੋਈ ਦੁੱਖ ਤਕਲੀਫ ਹੈ ਤਾਂ ਉਹ ਉਹਨਾਂ ਦੀ ਮਦਦ ਕਰਨ ਅੰਬੈਸੀਆਂ ਉੱਥੇ ਸੁਣਦੀਆਂ ਨਹੀਂ ਸੋ ਤਾਂ ਕਰਕੇ ਜਿਹੜੇ ਸਾਰੇ ਜਿਹੜੇ ਕੇਸ ਨੇ ਲਗਭਗ ਉਹ ਸਾਡੇ ਕੋਲ ਆਉਂਦੇ ਨੇ ਆ ਜਿਹੜਾ ਕਾਂਜਲੀ ਪਿੰਡ ਤੋਂ ਦੋ ਕੁੜੀਆਂ ਆਈਆਂ ਉਹਨਾਂ ਦੀ ਮਾਂ ਜਿਹੜੀ ਉੱਥੇ ਗੁਲਾਮਾਂ ਵਾਂਗੂ ਉਹਨੂੰ ਏਜੰਟਾਂ ਨੇ ਫਸਾ ਤਾ ਸੋ ਅਸੀਂ ਏਜੰਟਾਂ ਦੇ ਨੰਬਰ ਵੀ ਲੈ ਕੇ ਅਤੇ ਨਾਲ ਨਾਲ ਵਿਦੇਸ਼ ਮੰਤਰਾਲੇ ਨੂੰ ਅਸੀਂ ਉਹਨਾਂ ਦੇ ਜਿਹੜੇ ਪਾਸਪੋਰਟ ਆ ਉਹਨਾਂ ਦੀ ਮਦਰ ਦਾ ਉਹ ਭੇਜਤਾ ਅਤੇ ਉਹਨਾਂ ਦਾ ਐਮਰਜੈਂਸੀ ਕਾਰਡ ਬਣਾ ਕੇ ਪਾਸਪੋਰਟ ਦੀ ਲੋੜ ਨਹੀਂ ਲੈਣ ਦੀ ਅੰਬੈਸੀ ਜਲਦੀ ਉਹਨਾਂ ਨਾਲ ਸੰਪਰਕ ਕਰੂਗੀ ਅਤੇ ਉਹਨਾਂ ਨੂੰ ਉੱਥੋਂ ਕੱਢ ਕੇ ਅੰਬੈਸੀ ਆਪਣੀ ਕਸਟਡੀ ਦੇ ਵਿੱਚ ਲੈ ਲੂਗੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਇੰਡੀਆ ਐਜ਼ ਸੂਨ ਐਜ਼ ਪੋਸੀਬਲ ਜਿੰਨਾ ਜਲਦੀ ਹੋ ਸਕੇ ਉਹਨਾਂ ਦੀ ਇੰਡੀਆ ਦੀ ਵਾਪਸੀ ਹੋ ਜਾਵੇ ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ ਚੈਨਲ 2